ਤੁਸੀਂ ਜੋ ਮੈਂ ਜੁੱਤੀ ਲਾ ਕੇ ਨਾ ਮਾਰਾਂ, ਤੂੰ ਬੈਠਣ ਦੀ ਗੱਲ ਕਰਦਾ, ਇਹਨਾਂ ਨਾਲ ਬੈਠੂੰਗਾ ਮੈਂ, ਮੈਂ ਜੁੱਤੀ ਲਾ ਕੇ ਜਦ ਮੀਡੀਆ ਤੇ ਨਾ ਆਉਂਦੀ ਮੈਂ ਮਾਰਦਾ, ਮੈਂ ਜੁੱਤੀ ਲਾ ਕੇ ਨਾ ਮਾਰਾਂ। ਬਿੱਟੂ ਹੋਰਾਂ ਦੇ ਨਾਲ ਬੈਠ ਕੇ ਇੰਟਰਵਿਊ ਕਰਨਾ ਹੋਵੇ ਤੁਸੀਂ ਕਰੋਗੇ? ਨਾਲ ਬੈਠੋਗੇ ਰਵਨੀਤ ਬਿੱਟੂ? ਹੁਣ ਮੈਂ ਕੀ ਬੈਠਣਾ ਹੈਗਾ, ਬੱਚਾ ਹੈਗਾ ਮੇਰੇ ਸਾਹਮਣੇ ਔਰ ਬਹੁਤ ਛੋਟਾ, ਕਿਉਂਕਿ ਮੈਂ ਉਹਨਾਂ ਬੰਦਿਆਂ ਨੂੰ ਬਹੁਤ ਛੋਟੇ ਮੰਨਦਾ ਜਿਹੜੇ ਆਪਣੀ ਵਿਚਾਰਧਾਰਾ ਨਾਲ ਨਹੀਂ ਖੜੇ ਹੁੰਦੇ। ਤੁਸੀਂ ਕੀ ਸੋਚ ਰਹੇ ਸੀਗੇ ਜਦੋਂ ਤੁਹਾਡੇ ਨਾਲ ਬੜਾ ਮਿਸਬਿਹੇਵ ਹੋਇਆ, ਜਾਂ ਅੱਜ ਤੁਹਾਡਾ ਨਜ਼ਰੀਆ ਕੀ ਹੈ, ਜਾਂ ਕੀ ਉਸ ਵੇਲੇ ਸੋਚ ਰਿਹਾ ਸੀ ਕਿ ਇੰਨੇ ਛੋਟੇ ਬੰਦੇ ਨਾਲ ਮੈਨੂੰ ਖੜੇ ਨਹੀਂ ਹੋਣਾ ਚਾਹੀਦਾ ਸੀ। ਗਰੇਵਾਲ ਸਾਹਿਬ, ਰਵਨੀਤ ਸਿੰਘ ਬਿੱਟੂ, 3 ਸਾਲ ਪਹਿਲਾਂ ਦੀ ਤੁਹਾਡੀ ਇੱਕ ਵੀਡੀਓ ਮੇਰੇ ਇੰਟਰਵਿਊ 'ਚ ਵਾਇਰਲ ਹੋ ਰਹੀ ਹੈ, ਜਦੋਂ ਤੁਹਾਡੇ ਨਾਲ ਕੁਛ ਅਜਿਹੇ ਸ਼ਬਦ ਵਰਤ ਰਹੇ ਨੇ, ਕਹਿ ਰਹੇ ਕਿ ਮੈਂ ਹਰਜੀਤ ਗਰੇਵਾਲ ਨਾਲ ਨਹੀਂ ਬਹਿਣਾ, ਮੈਂ ਜੁੱਤੀ ਲਾ ਕੇ ਮਾਰੂੰਗਾ, ਉਹਨਾਂ ਨੂੰ ਮੈਂ ਉਦੋਂ ਰੋਕ ਵੀ ਰਿਹਾ ਸੀਗਾ, ਮੈਂ ਜੁੱਤੀ ਲਾ ਕੇ ਨਾ ਮਾਰਾਂ, ਤੂੰ ਬੈਠਣ ਦੀ ਗੱਲ ਕਰਦਾ, ਇਹਨਾਂ ਨਾਲ ਬੈਠੂੰਗਾ ਮੈਂ, ਮੈਂ ਜੁੱਤੀ ਲਾ ਕੇ ਜਦ ਮੀਡੀਆ ਤੇ ਨਾ ਆਉਂਦੀ ਮੈਂ ਮਾਰਦਾ। ਅੱਜ ਤੁਹਾਡੇ ਨਾਲ ਬੈਠ ਕੇ, ਤੁਹਾਡੇ ਨਾਲ ਸਟੇਜ ਸਾਂਝੀ ਕਰਕੇ ਤੁਹਾਡੀ ਪਾਰਟੀ 'ਚ ਆ ਗਏ ਆ, ਕੀ ਕਹਿਣਾ ਚਾਹੋਗੇ? ਉਹਨਾਂ ਦਾ ਕਰੈਕਟਰ ਮੇਰਾ ਕਰੈਕਟਰ ਇਹ ਨਹੀਂ, ਮੈਂ ਤਾਂ 35 ਸਾਲ ਤੋਂ ਆਪਣੀ ਪਾਰਟੀ 'ਚ ਆਪਣੀ ਵਿਚਾਰਧਾਰਾ ਨਾਲ, ਅਸੀਂ ਤਾਂ ਕਹਿੰਦੇ ਹਾਂ ਜਿਹੜਾ ਵੀ ਸਾਡੀ ਲੀਡਰ ਨਰਿੰਦਰ ਮੋਦੀ ਨੂੰ ਮੰਨਦਾ ਹੋਵੇ, ਜਿਹੜਾ ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਨੂੰ ਮੰਨਦਾ ਹੋਵੇ, ਯੁਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਜੋ ਦਿੱਤੀ ਆ, ਉਹ ਆ ਸਕਦਾ ਉਹਨੂੰ ਅਸੀਂ ਵੈਲਕਮ ਕਰਦੇ ਹਾਂ। 3 ਸਾਲ ਪਹਿਲਾਂ ਜਦੋਂ ਮੈਂ ਇੰਟਰਵਿਊ ਕਰ ਰਿਹਾ ਸੀ ਤੁਹਾਡੇ ਦੋਹਾਂ ਦਾ, ਉਸ ਵੇਲੇ ਤੁਸੀਂ ਕੀ ਸੋਚ ਰਹੇ ਸੀਗੇ ਜਦੋਂ ਤੁਹਾਡੇ ਨਾਲ ਬੜਾ ਮਿਸਬਿਹੇਵ ਹੋਇਆ, ਜਾਂ ਅੱਜ ਤੁਹਾਡਾ ਨਜ਼ਰੀਆ ਕੀ ਹੈ, ਜਾਂ ਕੀ ਕਹਿਣਾ? ਉਸ ਵੇਲੇ ਸੋਚ ਰਿਹਾ ਸੀ ਕਿ ਇੰਨੇ ਛੋਟੇ ਬੰਦੇ ਨਾਲ ਮੈਨੂੰ ਖੜੇ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਜਿਹਨੂੰ ਇੰਨੀ ਸਮਝ ਹੀ ਨਾ ਹੋਵੇ ਉਹ ਨਾ ਸਮਝਿਆ, ਔਰ ਮੈਂ ਤਾਂ ਬਹੁਤੇ ਪਾਰਟੀ ਛੱਡਣ ਵਾਲੇ ਬੰਦਿਆਂ ਨੂੰ ਵੀ ਬਦਲਣ ਵਾਲਿਆਂ ਨੂੰ ਚੰਗਾ ਨਹੀਂ ਮੰਨਦਾ, ਮੈਂ ਪਾਰਟੀ 'ਚ ਆਪਦੇ 'ਚ ਖੁਸ਼ ਹੋਵਾਂ ਨਾ ਖੁਸ਼ ਹੋਵਾਂ, ਪਰ ਲੋਕਾਂ ਨੂੰ ਵੀ ਸ਼ਕਲ ਦਿਖਾਉਣੀ ਹੁੰਦੀ ਆ, ਜਿਹਦੀ ਅੱਜ ਅਸੀਂ ਜਿੰਦਾਬਾਦ ਕਰਦੇ ਹਾਂ ਉਹਨੂੰ ਕੱਲ੍ਹ ਮੁਰਦਾਬਾਦ ਕਿਵੇਂ ਕਹਾਂਗੇ, ਇਹ ਵੀ ਗੱਲ ਹੁੰਦੀ ਹੈ। ਜਦੋਂ ਪਾਰਟੀ 'ਚ ਰਵਨੀਤ ਬਿੱਟੂ ਨੂੰ ਸ਼ਾਮਲ ਕੀਤਾ ਜਾ ਰਿਹਾ ਸੀ, ਤੁਹਾਡੇ ਨਾਲ ਗੱਲਬਾਤ ਹੋਈ, ਕਿਉਂਕਿ ਉਹ ਇੰਟਰਵਿਊ ਹਾਈਕਮਾਨ ਨੇ ਵੀ ਦੇਖਿਆ ਸੀ, ਹਾਈਕਮਾਨ ਵੀ ਉਦੋਂ ਬਹੁਤ ਤੁਹਾਡੇ ਨਾਲ ਜਿਹੜਾ ਮੈਂ ਗੱਲਬਾਤ ਕਰ ਰਹੀ ਸੀ, ਕਹਿ ਰਹੀ ਸੀ ਕਿ ਗਲਤ ਇਸ ਤਰੀਕੇ ਨਾਲ ਨਹੀਂ ਬੋਲਣਾ ਚਾਹੀਦਾ। ਨਹੀਂ, ਮੈਂ ਇਹਨਾਂ ਚੀਜ਼ਾਂ 'ਚ ਮੈਂ ਨਹੀਂ ਜਾਂਦਾ, ਉਹ ਬੱਚਾ ਹੈਗਾ ਮੇਰੇ ਸਾਹਮਣੇ ਔਰ ਬਹੁਤ ਛੋਟਾ, ਕਿਉਂਕਿ ਮੈਂ ਉਹਨਾਂ ਬੰਦਿਆਂ ਨੂੰ ਬਹੁਤ ਛੋਟੇ ਮੰਨਦਾ ਜਿਹੜੇ ਆਪਣੀ ਵਿਚਾਰਧਾਰਾ ਨਾਲ ਨਹੀਂ ਖੜੇ ਹੁੰਦੇ, ਤੇ ਅਸੀਂ ਤਾਂ ਦੇਸ਼ ਨਾਲ ਖੜੇ ਹਾਂ, ਵਿਚਾਰਧਾਰਾ ਨਾਲ ਖੜੇ ਹਾਂ, ਆਪਦੇ ਲੀਡਰ ਨਰਿੰਦਰ ਮੋਦੀ ਜੀ ਨਾਲ ਖੜੇ ਹਾਂ, ਸਾਨੂੰ ਫਖਰ ਹੈ। ਉਸ ਵੇਲੇ ਕਹਿ ਰਹੇ ਸੀ ਕਿ ਮੈਂ ਤੁਹਾਡੇ ਨਾਲ ਬਹਿਣਾ ਨਹੀਂ, ਰਵਨੀਤ ਬਿੱਟੂ ਕਹਿ ਰਹੇ ਸੀ ਤੁਹਾਡੇ ਨਾਲ ਬੈਠਣਾ ਵੀ ਮੈਂ ਜਿਹੜਾ ਵਾ ਗਲਤ ਸਮਝਦਾ, ਅੱਜ ਤੁਹਾਡੇ ਨਾਲ ਹੁਣ ਸਟੇਜ ਸਾਂਝੀ ਹੋਏਗੀ, ਤੁਹਾਡੇ ਨਾਲ ਬੈਠਣਗੇ ਗੱਲਬਾਤ ਕਰਨ, ਯੋਜਨਾ ਨਾਲ ਇਵੈਂਟ ਮੈਨੇਜਮੈਂਟ ਕਰ ਰਿਹਾ ਸੀ, ਇਹਦੇ ਨਾਲ ਬੰਦਾ ਵੱਡਾ ਨਹੀਂ ਹੁੰਦਾ ਛੋਟਾ ਹੁੰਦਾ, ਤੇ ਅੱਗੇ ਤੋਂ ਸਮਝ ਜਾਣਗੇ ਕੋਈ ਐਸੀ ਗੱਲ ਨਹੀਂ। ਅੱਜ ਰਵਨੀਤ ਬਿੱਟੂ ਹੁਣ ਤੁਹਾਡੀ ਪਾਰਟੀ 'ਚ ਆ ਗਏ ਆ, ਜੇ ਤੁਹਾਡੇ ਗਲੇ ਮਿਲਣਗੇ, ਗਲੇ ਮਿਲੋਗੇ? ਸਵਾਗਤ ਆ, ਸਵਾਗਤ ਆ, ਸਵਾਗਤ ਆ, ਮੈਂ ਤਾਂ ਸਵਾਗਤ ਕਰਦਾ ਜਿਹੜਾ ਵੀ ਆਵੇ। ਤੁਸੀਂ ਪੁੱਛੋਗੇ ਕਿ ਉਸ ਦਿਨ ਕਿਉਂ ਨਹੀਂ, ਮੈਂ ਇਹੋ ਜਿਹੀਆਂ ਚੀਜ਼ਾਂ, ਮੈਂ ਇੰਨਾ ਛੋਟਾ ਬੰਦਾ ਨਹੀਂ ਇਹ ਚੀਜ਼ਾਂ ਪੁੱਛਾਂ। 3 ਸਾਲ ਪਹਿਲਾਂ ਸੋਚਿਆ ਸੀ ਕਿ ਇਹ ਤਸਵੀਰ ਦੇਖਣ ਨੂੰ ਮਿਲੇਗੀ ਕਿ ਜਿਹੜਾ ਬੰਦਾ ਅੱਜ ਕਹਿ ਰਿਹਾ ਮੈਂ ਨਾਲ ਨਹੀਂ ਬਹਿਣਾ। ਸਾਡੀ ਪਾਰਟੀ ਵੱਡੀ ਹੋ ਰਹੀ ਹੈ, ਮੇਰੇ ਲਈ ਤਾਂ ਇਹ ਬਹੁਤ ਅੱਛਾ ਦਿਨ ਹੈ, ਠੀਕ ਹੈ, ਕਿਉਂਕਿ ਬਿੱਟੂ ਹੋਰੀ ਦੇਖ ਵੀ ਰਹੇ ਹੋਣੇ ਆ, ਉਸ ਦਿਨ ਤੁਸੀਂ ਇਕੱਠੇ ਸੀਗੇ, ਦੁਬਾਰਾ ਜੇ ਬਿੱਟੂ ਹੋਰਾਂ ਦੇ ਨਾਲ ਬੈਠ ਕੇ ਇੰਟਰਵਿਊ ਕਰਨਾ ਹੋਵੇ ਤੁਸੀਂ ਕਰੋਗੇ? ਨਾਲ ਬੈਠੋਗੇ ਰਵਨੀਤ ਬਿੱਟੂ? ਨਹੀਂ, ਹੁਣ ਮੈਂ ਕੀ ਬੈਠਣਾ ਹੈਗਾ, ਹੁਣ ਤਾਂ ਸਾਡੇ ਹੱਕ 'ਚ ਹੀ ਬੋਲਣਾ ਪਊ, ਉਹਨੂੰ ਉਹਦੀ ਮਜਬੂਰੀ ਹੈ, ਗੱਲਾਂ ਮੇਰੇ ਨਾਲ ਅੱਛਾ ਨਹੀਂ ਲੱਗਦਾ ਹੈ। ਹਰਜੀਤ ਸਿੰਘ ਗਰੇਵਾਲ 3 ਸਾਲ ਪੁਰਾਣਾ ਇੰਟਰਵਿਊ ਯਾਦ ਕਰ ਰਹੇ ਨੇ ਜੋ ਕਾਫੀ ਵਾਇਰਲ ਹੋ ਰਿਹਾ, ਰਵਨੀਤ ਬਿੱਟੂ ਹੋਰਾਂ ਨੂੰ ਵੀ ਜਵਾਬ ਦੇ ਰਹੇ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪੈ, ਨਿਊਜ਼ 18, ਚੰਡੀਗੜ੍ਹ।